ਕੀ ਹਾਲ ਹੈ ਦੋਸਤੋ, ਸਤਿ ਸ੍ਰੀ ਅਕਾਲ। ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋ। ਔਰ ਖਬਰਾਂ ਦਾ ਜਿਹੜਾ ਮੌਸਮ ਹੈ ਉਹ ਬਹੁਤ ਗਰਮ ਹੈ ਪੰਜਾਬ ਦੇ ਅੰਦਰ, ਪੂਰੇ ਦੇਸ਼ ਦੇ ਅੰਦਰ, ਕਿ ਚੁਣਾਵ ਹੋ ਰਹੇ ਨੇ, ਕਿਹੜੀ ਪਾਰਟੀ ਜਿੱਤੂਗੀ ਔਰ ਕਿਹੜੀ ਪਾਰਟੀ ਨੇ ਕਿਹੜਾ ਉਮੀਦਵਾਰ ਐਲਾਨ ਦਿੱਤਾ ਹੈ। ਔਰ ਨਾਲ ਹੀ ਨਾਲ ਅੱਜ ਕੱਲ੍ਹ ਇਹ ਵੀ ਬਾਜ਼ਾਰ ਬਹੁਤ ਗਰਮ ਹੈ ਕਿ ਕਿਹੜਾ ਲੀਡਰ ਕਿਹੜੀ ਪਾਰਟੀ 'ਚੋਂ ਚੁਣਾਵ ਲੜ ਰਿਹਾ ਹੈ। ਸੁਬਾਹ ਝੰਡੇ ਬਦਲੇ ਜਾਂਦੇ ਹੈ ਔਰ ਅਗਲੇ ਦਿਨ ਚੁਣਾਵ ਲੜੇ ਜਾਂਦੇ ਹੈ। ਸੋ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹਦੇ ਪਿੱਛੇ ਹਮੇਸ਼ਾ ਦੇਸ਼ ਦੇ ਲੋਕ ਨਾਰੀ ਸ਼ਕਤੀ ਦੀ ਗੱਲ ਕਰਦੇ ਹੈ ਕਿ ਨਾਰੀ ਨਿਆਂ ਦੀ ਗੱਲ ਕਰਦੇ ਹੈ, ਔਰ ਜਿਸ ਦੇ ਕਰਕੇ ਇਹ ਸਮਾਜ ਦੀ ਸਿਰਜਣਾ ਹੋਈ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸ਼੍ਰੀਮਤੀ ਸੋਨੀਆ ਗਾਂਧੀ ਰਿਜ਼ਰਵੇਸ਼ਨ ਦੀ ਗੱਲ ਕਰਦੇ ਸੀ, ਦੇਸ਼ ਵੀ ਇਹਦੀ ਗੱਲ ਕਰਦਾ ਹਮੇਸ਼ਾ ਕਿ ਸਾਨੂੰ ਔਰਤਾਂ ਨੂੰ ਰਿਜ਼ਰਵੇਸ਼ਨ ਦੇਣੀ ਚਾਹੀਦੀ ਹੈ। ਲੇਕਿਨ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਅਸੀਂ ਅੱਜ 28% ਯਾਨੀ ਕਿ 7 ਸੀਟਾਂ ਤੋਂ ਅਸੀਂ 2 ਲੋਕਾਂ ਨੂੰ, ਔਰਤਾਂ ਨੂੰ ਅਸੀਂ ਟਿਕਟ ਦਿੱਤੀ ਹੈ। ਔਰ ਕਿਹੜੀਆਂ ਔਰਤਾਂ ਨੇ ਜਿਹੜੀਆਂ ਨੇ 12 ਸਾਲ, ਅਗਰ ਮੈਂ ਮੈਡਮ ਸਾਹੋਕੇ ਦੀ ਗੱਲ ਕਰਾਂ ਤਾਂ 12 ਸਾਲ ਉਹਨਾਂ ਨੇ ਵਿੱਦਿਆ ਦੇ ਖੇਤਰ ਦੇ ਵਿੱਚ ਐਜ਼ ਏ ਟੀਚਰ ਆਪਦੀ ਸੇਵਾ ਨਿਭਾਈ, ਫਿਰ PhD ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਵੀ ਉਹ ਰਹੇ। ਸੋ ਮੈਨੂੰ ਇਸ ਗੱਲ ਦਾ ਬੜਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆ ਇੱਥੇ ਕਿ ਚੇਅਰਮੈਨ, ਆਈ ਡੋਂਟ ਨੋ ਇਸ ਮੇਰੇ ਮੈਨੂੰ ਪੂਰਨ ਨਹੀਂ ਪਤਾ, ਬਟ ਉਹ ਚੇਅਰਮੈਨ ਰਹੇ ਕਿ ਮੈਂਬਰ ਰਹੇ। ਇਸ ਗੱਲ ਦੀ ਖੁਸ਼ੀ ਹੈ ਕਿ ਪਾਰਟੀ ਜੋ ਕਹਿੰਦੀ ਹੈ ਉਸ ਵੱਲ ਵੱਧ ਰਹੀ ਹੈ ਔਰ ਉਮੀਦ ਕਰਦਾ ਕਿ ਫਰੀਦਕੋਟ ਦੀ ਜਿਹੜੀ ਪਾਰਲੀਮੈਂਟ ਸੀਟ ਹੈ ਉੱਥੇ ਸਦੀਕ ਸਾਹਿਬ ਨੇ ਵੀ ਬਹੁਤ ਲੋਕਾਂ ਨੂੰ ਪਿਆਰ ਦਿੱਤਾ, ਬਹੁਤ ਪਿਆਰੇ ਵਿਅਕਤੀ ਸਨ ਸਦੀਕ ਸਾਹਿਬ ਹੈਗੇ ਨੇ ਔਰ ਸਾਡੀ ਪਾਰਟੀ ਦੇ ਵਧੀਆ ਲੀਡਰ ਰਹੇ। ਲੇਕਿਨ ਸਮਾਂ ਹੁੰਦਾ ਹੈ ਸਦੀਕ ਸਾਹਿਬ ਨੂੰ ਅਸੀਂ ਪਾਰਟੀ ਦੇ ਵਿੱਚ ਉਹਨਾਂ ਨੂੰ ਜ਼ਰੂਰ ਇਸਤੇਮਾਲ ਕਰਾਂਗੇ ਔਰ ਉਹਨਾਂ ਨੂੰ ਰੱਖਾਂਗੇ ਔਰ ਜਿੱਥੇ ਲੋੜ ਪਏਗੀ ਉਹਨਾਂ ਨੂੰ ਉਹਨਾਂ ਦਾ ਇਸਤੇਮਾਲ ਮਤਲਬ ਕਿ ਉਹਨਾਂ ਨੂੰ ਕਰਾਂਗੇ। ਪਰ ਮੈਨੂੰ ਲੱਗਦਾ ਕਿ ਉੱਥੇ ਅੱਜ ਜ਼ਰੂਰਤ ਸੀ ਇੱਕ ਸਥਿਰ ਕੈਂਡੀਡੇਟ ਦੇਣ ਦੀ ਔਰ ਉਹ ਅਸੀਂ ਦਿੱਤਾ ਹੈ। ਦੂਸਰਾ ਅਸੀਂ ਯਾਮਨੀ ਗੋਮਰ, ਜਿਹੜੀ ਹੁਸ਼ਿਆਰਪੁਰ ਤੋਂ ਇੱਕ ਲੜਕੀ ਹੈ ਜਿਹਨੇ ਕੰਪਿਊਟਰ ਸਾਇੰਸ ਅਤੇ ਇੰਗਲਿਸ਼ ਬੱਚਿਆਂ ਨੂੰ ਟਿਊਸ਼ਨ ਦੇ ਰਾਹੀਂ ਪੜ੍ਹਾਉਂਦੇ ਨੇ ਔਰ ਦਿੱਲੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਆ ਉਹਨਾਂ ਨੇ, ਇੱਕ ਆਮ ਸਧਾਰਨ ਪਰਿਵਾਰ ਨਾਲ ਜੁੜੀ ਲੜਕੀ ਜਿਹਨੂੰ ਅਸੀਂ ਟਿਕਟ ਦਿੱਤੀ ਹੈ। ਉੱਥੇ ਸਾਡੇ ਕੋਲ ਹੋਰ ਸਾਰੀਆਂ ਆਪਸ਼ਨ ਵੀ ਸੀਗੀਆਂ ਔਰ ਕਈ ਲੋਕ ਕਹਿੰਦੇ ਸੀ ਕਿ ਬਹੁਤ ਵੱਡੇ ਲੀਡਰ ਜਿਹੜੇ ਕਿ ਦੂਸਰੀ ਪਾਰਟੀ ਤੋਂ ਵੀ ਉਹਨਾਂ ਨੂੰ ਟਿਕਟ ਮਿਲ ਜਾਏ, ਲੇਕਿਨ ਅਸੀਂ ਫੈਸਲਾ ਕੀਤਾ ਕਿ ਯਾਮਨੀ ਗੋਮਰ ਨੂੰ ਅਸੀਂ ਟਿਕਟ ਦੇਈਏ। ਤਾਂ ਉੱਥੇ ਵੀ ਅਸੀਂ ਇੱਕ ਸਧਾਰਨ ਪਰਿਵਾਰ ਦੀ ਲੜਕੀ ਨੂੰ ਕੰਸੀਡਰ ਕੀਤਾ ਹੈ, ਸੋ ਜਿਹੜੀ ਸਕੂਟਰੀ 'ਤੇ ਕਦੇ ਕਦੇ ਚੱਲਦੇ ਹੈ। ਸੋ ਮੈਨੂੰ ਲੱਗਦਾ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਨਾਰੀ ਸ਼ਕਤੀ ਨੂੰ ਅੱਗੇ ਵਧਾਉਣ ਵਿੱਚ ਅਸੀਂ ਯੋਗਦਾਨ, ਕਾਂਗਰਸ ਪਾਰਟੀ ਲਈ ਵੱਡਾ ਯੋਗਦਾਨ ਔਰ ਮੇਰਾ ਖਿਆਲ ਸਾਡੀ ਪਾਰਟੀ ਪਹਿਲੀ ਪਾਰਟੀ ਹੈ ਜਿਹਨੇ 2 ਔਰਤਾਂ ਨੂੰ ਰਿਪ੍ਰੈਜੈਂਟੇਸ਼ਨ ਦਿੱਤੀ ਹੈ
ਮੇਰਾ ਖਿਆਲ ਆਮ ਆਦਮੀ ਪਾਰਟੀ ਨੇ ਕਿਸੇ ਵੀ ਔਰਤ ਨੂੰ ਰੀਪ੍ਰੈਜੈਂਟੇਸ਼ਨ ਨਹੀਂ ਦਿੱਤੀ। ਅਕਾਲੀ ਦਲ ਨੇ ਆਪਣੇ ਹਰਸਿਮਰਤ ਕੌਰ ਬਾਦਲ ਜੀ ਨੂੰ ਰੀਪ੍ਰੈਜੈਂਟੇਸ਼ਨ ਦਿੱਤੀ ਹੈ, ਲੜਾ ਰਹੇ ਨੇ। ਬੀਜੇਪੀ ਵੀ ਇੱਕ ਲੇਡੀਜ਼ ਨੂੰ ਲੜਾ ਰਹੇ ਨੇ, ਲੇਕਿਨ ਅਸੀਂ ਹਾਲਾਂਕਿ ਬੀਜੇਪੀ ਨੇ ਵੀ ਇਸੇ ਮੋਹਰ ਲਾਈ ਹੈ ਕਿ 33% ਲੋਕਾਂ ਨੂੰ ਰਿਜ਼ਰਵੇਸ਼ਨ ਲੇਡੀਜ਼ ਨੂੰ ਮਿਲਣੀ ਚਾਹੀਦੀ ਹੈ। ਪਰ ਇੱਥੇ ਨਾਲ ਨਾਲ ਮੈਂ ਕਹਾਂਗਾ ਫਰੀਦਕੋਟ ਦੇ ਅੰਦਰ ਹੋਰ ਸਾਡੇ ਬਹੁਤ ਸਾਰੇ ਜਿਹੜੇ ਯੋਗ ਉਮੀਦਵਾਰ ਸਨ, ਜਿਵੇਂ ਕਿ ਡਿੰਪਲ ਬਾਗਾ ਪੁਰਾਣਾ, ਮੇਰਾ ਛੋਟਾ ਭਰਾ ਹੈ, ਉਹਨੇ ਵੀ ਬਹੁਤ ਮਤਲਬ ਕਿ ਕੰਮ ਕੀਤਾ ਹਲਕੇ ਦੇ ਵਾਸਤੇ। ਐਂਡ ਸੁਖਿੰਦਰ ਸਿੰਘ ਡੈਣੀ, ਉਹਨਾਂ ਨੇ ਆਪ ਕਹਿ ਦਿੱਤਾ ਸੀਗਾ ਕਿ ਮੈਂ ਕੋਈ ਚੁਣਾਵ ਨਹੀਂ ਲੜਨਾ ਚਾਹੁੰਦਾ। ਨਹੀਂ ਤਾਂ ਸੁਖਜਿੰਦਰ ਸਿੰਘ ਡੈਣੀ ਵੀ ਇੱਕ ਸਾਡੇ ਬਹੁਤ ਯੋਗ ਉਮੀਦਵਾਰ ਅਤੇ ਅਪਕਮਿੰਗ ਦਲਿਤ ਲੀਡਰ ਨੇ ਪੰਜਾਬ ਦੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬਟ ਉਹਨਾਂ ਨੇ ਆਪ ਕਿਹਾ ਕਿ ਮੈਂ ਟਿਕਟ ਨਹੀਂ ਲੜਨੀ ਚਾਹੁੰਦਾ। ਸੋ ਨਾਲ ਹੀ ਨਾਲ ਬਲਦੇਵ ਸਿੰਘ ਉੱਥੇ ਨੇ, ਸਾਡੇ ਐਕਸ ਐਮ ਐਲ ਏ ਜੈਤੋਂ ਨੇ, ਫਿਰ ਆਦੀਵਾਲ ਸਾਹਿਬ ਸੀਗੇ ਸਾਡੇ, ਸਾਡੇ ਕੋਲ ਬਹੁਤ ਸਾਰੇ ਲੋਕ ਸਨ ਕਾਬਿਲ ਵਿਅਕਤੀ। ਸਦੀਕ ਸਾਹਿਬ ਬਾਰੇ ਆਪਣੀ ਗੱਲ ਹੋ ਹੀ ਗਈ ਹੈ। ਇਹ ਵੀ ਹੁਸ਼ਿਆਰਪੁਰ ਦੇ ਵਿੱਚ ਸਾਡੇ ਕੋਲ ਸ਼੍ਰੀਮਤੀ ਸੰਤੋਸ਼ ਚੌਧਰੀ, ਪੁਰਾਣੇ ਲੀਡਰ ਰਹੇ, ਐਂਡ ਦੋ ਤਿੰਨ ਵਾਰ ਪਾਰਟੀ ਨੇ ਉਹਨਾਂ ਨੂੰ ਮੌਕਾ ਦਿੱਤਾ, ਕੇਂਦਰ ਦੇ ਮੰਤਰੀ ਵੀ ਰਹੇ, ਬਹੁਤ ਹੀ ਕਾਬਲ ਵਿਅਕਤੀ ਸਾਡੇ ਕੋਲ। ਆਦੀਆਂ ਸਾਹਿਬ ਸਾਡੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਹੇ, ਉਹ ਵੀ ਬਹੁਤ, ਲੇਕਿਨ ਉਹਨਾਂ ਨੇ ਵੀ ਕਹਿ ਦਿੱਤਾ ਕਿ ਮੈਂ ਟਿਕਟ ਨਹੀਂ ਚੁਣਾਵ ਲੜੂੰਗਾ। ਅੱਜ ਉਹਨਾਂ ਨੇ ਦੋ ਦਿਨ ਪਹਿਲਾਂ ਮੈਨੂੰ ਵਟਸਐਪ ਕੀਤਾ ਸੀਗਾ ਕਿ ਤੁਸੀਂ ਕਿਸੇ ਹੋਰ ਨੂੰ ਵੀ ਮੌਕਾ ਦਿਓ। ਬਟ ਮੈਂ ਸਮਝਦਾ ਕਿ ਬਹੁਤ ਵੱਡੀ ਜਿਹੜਾ ਸਾਡੇ ਕੋਲ ਇਹ ਲੀਡਰਸ਼ਿਪ ਬੈਠੀ ਹੈ, ਔਰ ਮੈਨੂੰ ਪੂਰਨ ਉਮੀਦ ਹੈ ਕਿ ਇਹ ਸਾਡੀਆਂ ਦੋਨੋਂ ਲੜਕੀਆਂ ਜਿਹੜੀਆਂ ਲੇਡੀਜ਼ ਹੈਗੀਆਂ ਇਹ ਜਿੱਤ ਕੇ ਪਾਉਣਗੀਆਂ ਔਰ ਲੋਕ ਇਹਨਾਂ ਨੂੰ ਵੋਟਾਂ ਪਾਉਣਗੇ। ਸੋ ਇਸੇ ਤਰ੍ਹਾਂ ਹੀ ਡਾਕਟਰ ਗਾਂਧੀ ਸਾਹਿਬ, ਤੁਸੀਂ ਗਾਂਧੀ ਹੋ, ਸੁਖਪਾਲ ਖਹਿਰਾ ਸਾਹਿਬ, ਚਰਨਜੀਤ ਚੰਨੀ ਸਾਹਿਬ ਸਾਡੇ ਅੰਮ੍ਰਿਤਸਰ ਤੋਂ, ਔਜਲਾ ਸਾਹਿਬ, ਡਾਕਟਰ ਅਮਰ ਸਿੰਘ ਜੀ ਜਿਹੜੇ ਕਿ ਆਪ ਡਾਕਟਰ ਨੇ, ਦੋ ਦੋ ਡਾਕਟਰ ਵੀ ਲੜ ਰਹੇ ਨੇ, ਆਈ ਏ ਐੱਸ ਰਹੇ ਨੇ, ਪਿਛਲੀ ਵਾਰੀ ਮੈਂਬਰ ਆਫ ਪਾਰਲੀਮੈਂਟ ਸੀ, ਜੀਤ ਮਹਿੰਦਰ ਸਿੰਘ ਸਿੱਧੂ ਸਾਹਿਬ 4 ਵਾਰੀ ਦੇ ਐੱਮ ਐੱਲ ਏ। ਸੋ ਮੈਨੂੰ ਲੱਗਦਾ ਕਿ ਇੱਕ ਚੰਗਾ ਅਸੀਂ ਜਿਹੜਾ ਕੈਂਡੀਡੇਟਸ ਦੇਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਕਈ ਵਾਰੀ ਜਨਤਾ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰਿਆ ਜਾਂਦਾ, ਜਨਤਾ ਦੇ ਦਿਲਾਂ ਦੇ ਵਿੱਚ ਕੁਝ ਗੱਲ ਹੋਰ ਹੁੰਦੀ ਹੈ, ਪਰ ਕੋਸ਼ਿਸ਼ ਕੀਤੀ ਹੈ ਕਿ ਅਸੀਂ ਚੰਗੇ ਉਮੀਦਵਾਰ ਦੇਈਏ। ਚਰਨਜੀਤ ਸਿੰਘ ਚੰਨੀ ਸਾਹਿਬ ਸਾਡੇ ਮੁੱਖ ਮੰਤਰੀ ਸਾਬਕਾ, ਉਹ ਜਲੰਧਰ ਤੋਂ ਲੜ ਰਹੇ ਨੇ। ਸੋ ਮੈਨੂੰ ਪੂਰਨ ਉਮੀਦ ਹੈ ਕਿ ਤੁਸੀਂ ਕਾਂਗਰਸ ਪਾਰਟੀ ਨੂੰ ਚੁਣੋਗੇ। ਕਾਂਗਰਸ ਪਾਰਟੀ ਦਾ ਏਜੰਡਾ ਬਿਲਕੁਲ ਕਲੀਅਰ ਹੈ ਕਿ ਅਗਰ ਪੰਜਾਬ ਨੂੰ ਬਚਾਉਣਾ, ਪੰਜਾਬ ਦੇ ਕਿਸਾਨੀ ਜਵਾਨੀ ਨੂੰ ਬਚਾਉਣਾ। ਅੱਜ ਦੇਸ਼ ਦੇ ਵਿੱਚ ਮਹਿੰਗਾਈ ਦਾ ਬਹੁਤ ਵੱਡਾ ਮੁੱਦਾ ਹੈ, ਬੇਰੁਜ਼ਗਾਰੀ ਦਾ ਬਹੁਤ ਵੱਡਾ ਮੁੱਦਾ ਹੈ, ਜਿਹਨੂੰ ਅੱਖੋਂ ਭਰੋਖੇ ਕੀਤਾ ਜਾ ਰਿਹਾ ਹੈ। ਸੋ ਆਓ ਰਲ ਮਿਲ ਕੇ ਇਕੱਠੇ ਹੋ ਕੇ ਇੱਕ ਪਾਰਟੀ ਦਾ ਇੱਕ ਲੀਡਰ ਰਾਹੁਲ ਗਾਂਧੀ, ਜਿਹੜਾ ਨਰਿੰਦਰ ਮੋਦੀ ਜੀ ਦੇ ਸਾਹਮਣੇ ਐ ਚਟਾਂਗ ਦੇ ਵਾਂਗ ਖੜਾ ਹੈ, ਉਹਨੂੰ ਕੋਈ ED, CBI, ਕੋਈ ਇਨਕਮ ਟੈਕਸ ਜਿਹਨੂੰ ਡਰਾ ਨਹੀਂ ਪਾਇਆ, ਕੋਈ ਜੇਲ੍ਹ ਸਜ਼ਾ ਹੋ ਗਈ 2 ਸਾਲ ਦੀ, ਲੇਕਿਨ ਫਿਰ ਡਰੇ ਨਹੀਂ। ਸੋ ਤੁਹਾਡੀ ਲੜਾਈ ਲੜਨ ਵਾਸਤੇ ਉਹ ਖੜੇ ਨੇ। ਅਗਰ ਦੇਸ਼ ਦਾ ਸੰਵਿਧਾਨ ਬਚਾਉਣਾ ਹੈ, ਅਗਰ ਤੁਸੀਂ ਦੇਸ਼ ਦਾ ਲੋਕਤੰਤਰ ਬਚਾਉਣਾ ਹੈ, ਤਾਂ ਤੁਹਾਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾ ਕੇ ਕਾਂਗਰਸ ਪਾਰਟੀ, ਰਾਹੁਲ ਗਾਂਧੀ ਜੀ ਅਤੇ ਖੜਗੇ ਸਾਹਿਬ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਹੈ, ਤਾਂ ਜੋ ਇੰਡੀਆ ਬਲੌਕ ਅਗਰ ਤਕੜਾ ਹੋਏਗਾ
ਤਾਂ ਫਿਰ ਅਸੀਂ ਉੱਥੇ ਜਾ ਕੇ ਸਰਕਾਰ ਬਣਾ ਕੇ ਤੁਹਾਡੀ ਲੜਾਈ ਅਸੀਂ ਲੜਾਂਗੇ। ਸੋ ਉਮੀਦ ਕਰਦਾ ਕਿ 2027 ਚ ਦੇਖ ਲਾਂਗੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਕਿਹਨੂੰ ਵੋਟ ਪਾਉਣੀ ਹੈ। ਜਿਹੜੀ ਪਾਰਟੀ ਚੰਗਾ ਕੰਮ ਕਰੂਗੀ ਅਸੀਂ ਉਹਨੂੰ ਵੋਟ ਪਾ ਦਿਓ, ਲੇਕਿਨ ਹੁਣ ਇਸ ਵਾਰੀ ਦੀ ਸਿੱਧੀ ਸਿੱਧੀ ਲੜਾਈ ਬੀਜੇਪੀ ਨਾਲ ਹੈ। ਅਗਰ ਮੋਦੀ ਨੂੰ ਰੋਕਣਾ ਹੈ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਓ, ਆਸੇ ਪਾਸੇ ਪਾਈ ਵੋਟ, ਆਮ ਆਦਮੀ ਪਾਰਟੀ ਨੂੰ ਵੋਟ ਪਾਈ, ਅਕਾਲੀ ਦਲ ਨੂੰ ਵੋਟ ਪਾਈ, ਮੈਨੂੰ ਲੱਗਦਾ ਉਹਦਾ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ। ਸੋ ਉਮੀਦ ਕਰਦਾ ਤੁਹਾਨੂੰ ਸਾਡੇ ਉਮੀਦਵਾਰ ਚੰਗੇ ਲੱਗੇ ਹੋਣਗੇ। ਫਿਰ ਮਿਲਦੇ ਹੈ ਅਗਲੇ ਜਿਹੜੇ ਉਮੀਦਵਾਰ ਤੁਹਾਡੇ ਸਾਹਮਣੇ ਆਉਣਗੇ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ। ਸੋ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਅਤੇ ਗੱਲਬਾਤ ਦਾ ਸਿਲਸਿਲਾ ਜਾਰੀ ਰਹੂਗਾ। ਹੁਣ ਇਲੈਕਸ਼ਨ ਦਾ ਦੌਰ ਹੈ, ਲੀਡਰ ਵੀ ਸਾਰੇ ਘਰਾਂ ਤੋਂ ਬਾਹਰ ਨੇ, ਨਿਰੰਤਰ ਆਪਾਂ ਗੱਲਬਾਤ ਤੁਹਾਡੇ ਨਾਲ ਕਰਦੇ ਰਿਹਾ ਕਰਾਂਗੇ। ਜੁੜੇ ਰਹੋ, ਥੈਂਕ ਯੂ, ਧੰਨਵਾਦ। ਸੋ ਗੱਲ ਚੰਗੀ ਨਾ ਲੱਗੇ ਤਾਂ ਚੰਗੇ ਸ਼ਬਦਾਂ ਦੇ ਵਿੱਚ ਸਾਨੂੰ ਕਮੈਂਟ ਵੀ ਕਰ ਦਿਓ, ਜੋ ਅਸੀਂ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਜਾਂ ਅੱਗੇ ਤੋਂ ਨਿਗਾਹ ਰੱਖਾਂਗੇ। ਪਰ ਕਈ ਵਾਰੀ ਬਹੁਤ ਸਾਰੀ ਮਾੜੀ ਸ਼ਬਦਾਵਲੀ ਵਰਤੀ ਜਾਂਦੀ ਹੈ ਕਿਸੇ ਵੀ ਪਾਰਟੀ ਵਾਸਤੇ, ਕਿਸੇ ਵੀ ਵਿਅਕਤੀ ਵਾਸਤੇ, ਉਹ ਚੰਗੀ ਗੱਲ ਨਹੀਂ ਹੈ। ਅਗਰ ਕੋਈ ਨਹੀਂ ਚੰਗਾ ਲੱਗਦਾ ਤਾਂ ਉਹਦੇ ਬਾਰੇ ਜਾਂ ਉਹਦੀ ਗੱਲ ਨਹੀਂ ਚੰਗੀ ਲੱਗੀ, ਤਰੀਕੇ ਦੇ ਨਾਲ ਆਪਣੀ ਗੱਲ ਪੇਸ਼ ਕੀਤੀ ਜਾ ਸਕਦੀ ਹੈ। ਤੁਹਾਡਾ ਧੰਨਵਾਦ, ਸਤਿ ਸ਼੍ਰੀ ਅਕਾਲ, ਕੱਲ੍ਹ ਮਿਲਦੇ ਹਾਂ, ਗੁੱਡ ਨਾਈਟ।